ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ। ਸਾਰਾ ਸੰਸਾਰ ਇੱਕ ਗਲੋਬਲ ਵਿਲੇਜ ਦੀ ਸ਼ਕਲ ਇਖਤਿਆਰ ਕਰ ਚੁੱਕਾ ਹੈ। ਸਾਇੰਸ ਦੀਆਂ ਨਿੱਤ ਨਵੀਆਂ ਕਾਢਾਂ ਨੇ ਜੀਵਨ ਰਫਤਾਰ ਅੰਦਰ ਬਹੁਤ ਤੇਜ਼ੀ ਲਿਆਂਦੀ ਹੈ। ਇਨਸਾਨੀ ਸਿਵਲਾਈਜੇਸ਼ਨ ਵਿੱਚ ਜਿੰਨੀ ਤਬਦੀਲੀ ਹਜ਼ਾਰਾਂ ਸਾਲ ਬਾਅਦ ਹੁੰਦੀ ਸੀ, ਉਹ ਪਿਛਲੇ 50 ਸਾਲ ਵਿੱਚ ਤੇਜ਼ੀ ਨਾਲ ਹੋਈ ਹੈ। ਇਨਸਾਨੀ ਤਰੱਕੀ ਦਾ ਰਾਜ਼ ਨਵੀਂ ਟੈਕਨੀਕਸ, ਨਵੇਂ ਤਜਰਬੇ ਅਤੇ ਨਵੀਆਂ ਵਿਚਾਰਾਂ ਨਾਲ ਜੁੜੀਆਂ ਹੋਈਆਂ ਹੈ। ਅੱਜ ਇਸ ਵੇਲੇ ਦੁਨੀਆ ਵਿੱਚ 120 ਮਿਲੀਅਨ ਤੋਂ ਜ਼ਿਆਦਾ ਪੰਜਾਬੀ ਵੱਸਦੇ ਹਨ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਇਨਸਾਨੀ ਸਿਵਲਾਈਜੇਸ਼ਨ ਦਾ ਉਹ ਖਿੱਤਾ ਹੈ ਜਿੱਥੇ ਤਾਲੀਮ ਅਤੇ ਤਹਿਜ਼ੀਬ ਨੇ ਕਦੀ ਮੁੱਢਲੀਆਂ ਗੜਾਈਆਂ ਲਈਆਂ ਸਨ। ਇਸ ਧਰਤੀ 'ਤੇ ਹੀ ਪੀਰਾਂ, ਫਕੀਰਾਂ, ਭਗਤਾਂ ਅਤੇ ਗੁਰੂਆਂ ਨੇ ਇਨਸਾਨੀ ਪਿਆਰ ਅਤੇ ਇੱਕ ਰੱਬ ਦੀ ਇਬਾਦਤ ਦਾ ਸੁਨੇਹਾ ਦਿੱਤਾ ਸੀ। ਅਫਸੋਸ, ਅੱਜ ਜਿੱਥੇ ਦੁਨੀਆ ਦੇ ਵਿੱਚ ਵਿਚਾਰਾਂ ਦੀ ਕਸ਼ਮਕਸ਼ ਵਿੱਚ ਦੁਨੀਆ ਦੇ ਹੋਰ ਖਿੱਤਿਆਂ ਦੇ ਲੋਕ ਅੱਗੇ ਲੰਘ ਗਏ ਹਨ, ਉੱਥੇ ਹੀ ਪੰਜਾਬੀ ਪੜ੍ਹਨ ਲਿਖੇ ਦੀ ਦੁਨੀਆ ਵਿੱਚ ਕਾਫ਼ੀ ਪਛੜ ਗਏ ਹਨ। ਪਰ ਇਸ ਹਨੇਰੇ ਵਿੱਚ ਵੀ ਕੁਝ ਆਸ ਦੀਆਂ ਕਿਰਨਾਂ ਹਨ। ਸਾਡੀ ਮੁਰਾਦ ਉਹਨਾਂ ਦੋਵਾਂ ਪੰਜਾਬਾਂ, ਯਾਨੀ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਹੈ, ਜਿਸ ਧਰਤੀ 'ਤੇ ਅਜੇ ਵੀ ਸੋਚਦਾਨ, ਵਿਦਵਾਨ ਅਤੇ ਆਰਟਿਸਟ ਮੌਜੂਦ ਹਨ। ਅੱਜ ਅਸੀਂ ਜਿਸ ਵਿਦਵਾਨ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਡਾਕਟਰ ਇਕਤਦਿਆਰ ਕਰਾਮਤ ਚੀਮਾ। ਇਹਨਾਂ ਦਾ ਸੰਬੰਧ ਲਹਿੰਦੇ ਪੰਜਾਬ ਨਾਲ ਹੈ ਅਤੇ ਅੱਜ ਕੱਲ੍ਹ ਇਹ ਬਰਮਿੰਗਮ UK ਦੇ ਸਿਟੀ ਕਾਲਜ ਵਿੱਚ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹਨ। ਬੜੀ ਛੋਟੀ ਉਮਰ ਵਿੱਚ ਹੀ ਇਹਨਾਂ ਨੇ ਬਹੁਤ ਹੀ ਮੱਲਾਂ ਮਾਰੀਆਂ ਹਨ। ਇੰਗਲੈਂਡ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿੱਚ PhD ਕਰਨ ਤੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਡੈਪਟੀ ਰਜਿਸਟਰਾਰ ਦੇ ਅਹੁਦੇ 'ਤੇ ਵੀ ਤਾਇਨਾਤ ਰਹੇ। ਇਹਨਾਂ ਨੂੰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਵੱਲੋਂ ਤਾਲੀਮ ਦੇ ਉੱਚ ਅਵਾਰਡਸ ਨਾਲ ਵੀ ਨਵਾਜਿਆ ਗਿਆ। ਇਹਨਾਂ ਨੇ 3 ਬੈਸਟ ਸੈਲਿੰਗ ਰਿਸਰਚ ਬੁੱਕਸ ਅਤੇ 23 ਰਿਸਰਚ ਪੇਪਰ ਲਿਖੇ ਹਨ। ਸਿੱਖ ਕੌਮ ਨੂੰ ਇਹਨਾਂ ਉੱਤੇ ਫਖਰ ਹੈ ਕਿ ਇਹਨਾਂ ਨੇ ਇੱਕ ਕਿਤਾਬ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਜੀਵਨ 'ਤੇ ਲਿਖੀ ਹੈ ਅਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਠੀਕ ਕੰਟੈਕਸਟ ਵਿੱਚ ਬਿਆਨਦਿਆਂ ਇੱਕ ਰਿਸਰਚ ਪੇਪਰ ਇਸ ਸੰਬੰਧ ਵਿੱਚ ਵੀ ਲਿਖਿਆ ਹੈ। 3 ਨਵੰਬਰ ਨੂੰ ਯੂਨੀਵਰਸਿਟੀ ਵਿਖੇ ਗੁਰੂ ਗ੍ਰੰਥ ਸਾਹਿਬ ਗੁਰੂ ਗੱਦੀ ਦਿਵਸ ਦੇ ਮੌਕੇ 'ਤੇ, ਜਿਸ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਸ਼ਾਮਿਲ ਹੁੰਦੀਆਂ ਹਨ, ਡਾਕਟਰ ਚੀਮਾ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਅਤੇ ਇਹਨਾਂ ਦਾ ਸਨਮਾਨ ਵੀ ਕੀਤਾ ਗਿਆ। ਹੁਣ ਅਸੀਂ ਡਾਕਟਰ ਚੀਮਾ ਜੀ ਨਾਲ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜੋ ਸਾਨਾ ਹੁਣ ਇੰਗਲੈਂਡ ਤੋਂ UK ਤੋਂ ਜੁੜ ਚੁੱਕੇ ਨੇ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਅੱਜ ਮੈਨੂੰ ਬੁਲਾਇਆ ਹੈ। ਜੀ ਚੀਮਾ ਸਾਹਿਬ, ਤੁਹਾਡਾ TV84 ਦੇ ਵਿੱਚ ਪਹਿਲੀ ਵਾਰ ਬਹੁਤ ਬਹੁਤ ਸਵਾਗਤ ਹੈ। ਚੀਮਾ ਸਾਹਿਬ ਜੀ, ਤੁਹਾਡੇ ਪਿਛੋਕੜ ਦੇ ਜਾਣਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਹੜਾ ਤੁਹਾਡਾ ਯੂਨੀਵਰਸਿਟੀ ਵਿੱਚ ਤੁਸੀਂ ਸੈਮੀਨਾਰ ਦੇ ਵਿੱਚ ਗਏ ਸੀ, ਉਹ ਕਿਵੇਂ ਰਿਹਾ? ਦੇਖੋ ਜੀ, ਯੂਨੀਵਰਸਿਟੀ ਦਾ ਸੈਮੀਨਾਰ ਬਹੁਤ ਵਧੀਆ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਸੀਗੇ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਯੂਨੀਵਰਸਿਟੀ ਦੇ ਵਿੱਚ ਨਜ਼ਰ ਆਈ ਹੋਏ ਸੀ ਕਿ ਉਹਨਾਂ ਨੇ ਬਹੁਤ ਸਨਮਾਨਿਆ ਇੱਕ ਮੁਸਲਮਾਨ ਨੂੰ ਬੋਲਣ ਦਾ ਮੌਕਾ ਦਿੱਤਾ, ਔਰ ਉੱਥੇ ਮੈਸੇਜ ਅਸੀਂ ਇਹੀ ਲੈ ਕੇ ਗਏ ਸੀ ਕਿ ਗ੍ਰੰਥ ਸਾਹਿਬ ਜਿਹੜੀ ਹੈ ਉਹ ਸਿਰਫ ਸਿੱਖਾਂ ਦੀ ਨਹੀਂ ਹੈ, ਬਲਕਿ ਗ੍ਰੰਥ ਸਾਹਿਬ ਜਿਹੜੀ ਹੈ ਉਹ ਮੁਸਲਮਾਨਾਂ ਦੀ ਵੀ ਹੈ, ਔਰ ਗ੍ਰੰਥ ਦਾ ਤਾਂ ਮਤਲਬ ਹੀ ਬੰਨਣਾ ਤੇ ਜੋੜਨਾ ਹੈ, ਔਰ ਗ੍ਰੰਥ ਸਾਹਿਬ ਜਿਹੜੀ ਹੈ ਉਹ ਸਾਰੀਆਂ ਕਮਿਊਨਿਟੀਆਂ ਨੂੰ ਬੰਨਦੀ ਹੈ, ਜੋੜਦੀ ਹੈ, ਔਰ ਇਹ ਮੈਸੇਜ ਜਿਹੜਾ ਸੀ ਉਹ ਲੋਕਾਂ ਤੱਕ ਬਹੁਤ ਚੰਗੀ ਤਰੀਕੇ ਨਾਲ ਪਹੁੰਚਿਆ, ਲੋਕਾਂ ਨੇ ਉਹਨੂੰ ਸਲਾਹਿਆ ਵੀ, ਤੇ ਯੂਨੀਵਰਸਿਟੀ ਵਾਜ਼ ਅਮੇਜ਼ਿੰਗ, ਬਹੁਤ ਵਧੀਆ ਰਿਹਾ, ਲੋਕਾਂ ਨੂੰ ਪਸੰਦ ਆਇਆ, ਔਰ ਐਡਾ ਵੱਡਾ ਕਮਿਊਨਿਟੀ ਦਾ ਇਕੱਠ ਹੋਣਾ, ਬਾਕੀ ਕਮਿਊਨਿਟੀਆਂ ਨੂੰ ਸਿੱਖਣ ਦੀ ਲੋੜ ਹੈ ਕਿ 1 ਲੱਖ ਬੰਦੇ ਨੂੰ ਇਕੱਠਾ ਕਰਨਾ, ਉਹਦਾ ਪ੍ਰਬੰਧ ਕਰਨਾ, ਇਹ ਬਹੁਤ ਵੱਡੀ ਗੱਲ ਹੈ। ਜੀ ਬਿਲਕੁਲ। ਤੇ ਚੀਮਾ ਸਾਹਿਬ, ਹੁਣ ਅਸੀਂ ਤੁਹਾਡੇ ਪਿਛੋਕੜ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹਾਂ। ਜੀ, ਪਿਛੋਕੜ ਤੇ ਪੰਜਾਬੀਆਂ ਦਾ ਪਿਛੋਕੜ ਇੱਕੋ ਜਿਹਾ ਹੀ ਹੁੰਦਾ। ਮੇਰਾ ਆਪਣਾ ਜਨਮ ਲੈਲਪੁਰ ਜ਼ਿਲ੍ਹੇ, ਜਿਹਨੂੰ ਫੈਸਲਾਬਾਦ ਕਿਹਾ ਜਾਂਦਾ ਹੈ, ਉੱਥੇ ਦਾ ਹੈ, ਉੱਥੇ ਦੇ ਇੱਕ ਪਿੰਡ ਦਾ ਹੈ। ਪਿੰਡ ਵੀ ਇਸ ਤਰ੍ਹਾਂ ਦਾ ਜਿਹਦੇ 'ਚ ਜਿਸ ਦਿਨ ਮੇਰਾ ਜਨਮ ਹੋਇਆ, ਵੈਸੇ ਤੇ 1980 ਦਾ ਜਨਮ ਹੈ, ਕੋਈ ਇੰਨੀ ਪੁਰਾਣੀ ਗੱਲ ਵੀ ਨਹੀਂ ਗੀ, ਕੁਛ 32-33 ਸਾਲ ਪੁਰਾਣੀ ਗੱਲ ਹੀ ਹੈ। ਉਹ ਵਜ੍ਹਾ ਪਿੰਡ ਜਿੱਥੇ ਉਸ ਸਮੇਂ ਇਲੈਕਟ੍ਰੀਸਿਟੀ ਵੀ ਨਹੀਂ ਸੀਗੀ, ਤੇ ਉਹ ਅਜੇ ਥਾਂ ਤੇ ਜਨਮ ਹੋਇਆ ਜੱਟਾਂ ਦੇ ਘਰਾਣੇ 'ਚ, ਤੇ ਫਿਰ ਜ਼ਿੰਦਗੀ ਦੇ ਕੁਛ ਪਹਿਲੇ ਸਾਲ ਉੱਥੇ ਗੁਜ਼ਰੇ, ਤੇ ਪੇਂਡੂ ਸੇਬ ਨੂੰ ਦੇਖਣ ਦਾ ਮੌਕਾ ਮਿਲਿਆ ਆਪਣੇ ਬਚਪਨ 'ਚ। ਫਿਰ ਵਾਲਦੈਨ ਸਾਡੇ ਲਾਹੌਰ ਆ ਗਏ ਸਾਨੂੰ ਪੜ੍ਹਾਉਣ ਲਿਖਾਉਣ ਵਾਸਤੇ। ਫਿਰ ਫੋਮਨ ਕ੍ਰਿਸਚਨ ਕਾਲਜ ਮੈਂ BA ਕੀਤਾ, ਜਿਹੜਾ ਬਹੁਤ ਪੁਰਾਣਾ ਪੰਜਾਬ ਦਾ ਮਸ਼ਹੂਰ ਕਾਲਜ ਹੈ, ਜਿਹਨੇ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਪੈਦਾ ਕੀਤੇ, ਔਰ ਇੰਡੀਆ ਦੇ ਵੀ ਕੀਤੇ,
By the way, ਉਹ American ਦਾ college ਹੈ ਕਿਉਂਕਿ American church ਨੇ ਉਹਦੀ ਬੁਨਿਆਦ 1664 ਚ ਰੱਖੀ ਸੀ। ਉੱਥੋਂ BA ਕੀਤਾ, ਪੰਜਾਬ ਯੂਨੀਵਰਸਿਟੀ ਟੌਪ ਕਰਨ ਤੇ ਗੋਲਡ ਮੈਡਲ ਲਿਆ BA ਦੇ ਇਮਤਿਹਾਨ ਚ। ਫਿਰ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚ MA ਤੇ MPhil ਕੀਤਾ। ਰੱਬ ਨੇ ਮਿਹਰ ਰੱਖੀ ਕਿ MPhil ਚ ਵੀ ਗੋਲਡ ਮੈਡਲ ਮਿਲਿਆ। ਫਿਰ 2002 ਦੇ ਵਿੱਚ ਸਿਧਾਰਥੀ ਅਵਾਰਡ ਸਾਡਾ ਜਿਹੜਾ ਤਾਲੀਮ ਦਾ ਸਭ ਤੋਂ ਵੱਡਾ ਹੈ ਪਾਕਿਸਤਾਨ ਦਾ, ਪ੍ਰੈਜ਼ੀਡੈਂਟ ਸ਼ਰਫ ਨੇ ਉਹ ਦਿੱਤਾ, ਮਿਰਜ਼ਾ ਸੱਤਰ ਕਹਿੰਦੇ ਨੇ। ਫਿਰ ਪੰਜਾਬ ਯੂਨੀਵਰਸਿਟੀ ਚ ਮੈਂ ਡਿਪਟੀ ਰਜਿਸਟਰਾਰ ਰਿਹਾ। ਉਸ ਦੌਰਾਨ ਤਾਰੀਖ ਨੂੰ ਦੇਖਣ ਦਾ, ਆਪਣੀ ਸਟੱਡੀਜ਼ ਦੇ ਦੌਰਾਨ ਬਹੁਤ ਮੌਕਾ ਮਿਲਿਆ ਔਰ ਪੜ੍ਹਨ ਦਾ ਮੌਕਾ ਮਿਲਿਆ। ਉਹ ਔਰ ਜਿਹੜਾ ਹੈ ਸਿੱਖੀ ਨਾਲ ਇਸ ਵਕਤ ਤਾਲੁਕ ਪੁਰਾਣਾ ਹੈ ਕਿਉਂਕਿ ਸਾਡੇ ਤੀਸਰੀ ਚੌਥੀ ਪੀੜ੍ਹੀ ਦੇ ਪਿੱਛੇ ਜਾ ਕੇ ਜਿਹੜੇ ਸੀਗੇ ਸਾਡੇ ਵਟਕੇ ਉਹ ਸਿੱਖ ਹੀ ਸੀਗੇ। ਔਰ ਇਹ ਵੀ ਹੈ ਇੱਕ ਸੰਬੰਧ ਕੇ ਕਿਉਂਕਿ ਸਿੱਖੀ ਇੱਕ ਅਜਿਹਾ ਧਰਮ ਹੈ ਜਿਹੜਾ ਧਰਤੀ ਤੋਂ ਜਨਮਿਆ ਹੈ ਤੇ ਜਿਹੜੇ ਲੋਕਾਂ ਨੂੰ ਵੀ ਧਰਤੀ ਨਾਲ ਪਿਆਰ ਹੁੰਦਾ ਹੈ ਉਹਨਾਂ ਦਾ ਸਿੱਖੀ ਨਾਲ ਖੁਦ ਬਖੁਦ ਇੱਕ ਸੰਬੰਧ ਜੁੜ ਜਾਂਦਾ ਹੈ। ਔਰ ਫਿਰ ਇਸ ਹਵਾਲੇ ਨਾਲ ਵੀ ਪੰਜਾਬੀ ਕਿਉਂਕਿ ਮਾਂ ਬੋਲੀ ਸੀ ਤੇ ਉਹ ਇੱਕ ਸਾਡੀ ਸਾਂਝ ਸੀ ਜਿਸਨੇ ਸਿੱਖੀ ਦੇ ਨਾਲ ਵੀ ਜੋੜਿਆ ਔਰ ਆਪਣੇ ਪੰਜਾਬ ਦੇ ਵਸੇਬ ਤੇ ਕਲਚਰ ਦੇ ਨਾਲ ਵੀ ਜੋੜਿਆ। ਜੀ ਤੇ ਚੀਮਾ ਸਾਹਿਬ, ਸਿੱਖੀ ਬਾਰੇ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਆਪ ਇੰਟਰੋਡਕਸ਼ਨ ਕਿਹਾ ਕਿ ਪੰਜਾਬੀਆਂ ਨੂੰ ਪੜ੍ਹਨ ਲਿਖਣ ਦਾ ਇੰਨਾ ਸ਼ੌਂਕ ਨਹੀਂ, ਪਰ ਤੁਸੀਂ ਇੱਕ ਵਿਦਵਾਨ ਹੋ, ਤੁਸੀਂ ਬਹੁਤ ਛੋਟੀ ਉਮਰ ਵਿੱਚ ਹੀ ਐਕੇਡਮਿਕ ਦੁਨੀਆ ਦੀਆਂ ਬੁਲੰਦੀਆਂ ਨੂੰ ਛੋਇਆ ਹੈ, ਇਸ ਦਾ ਕੀ ਰਾਜ਼ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਇਸ ਦਾ ਰਾਜ਼ ਇਹ ਹੈ ਕਿਉਂਕਿ ਮੇਰਾ ਜਨਮ ਇੱਕ ਅਜਿਹੇ ਘਰ 'ਚ ਹੋਇਆ ਜਿੱਥੇ ਪੜ੍ਹਨ ਲਿਖਣ ਦਾ ਬਹੁਤਾ ਰਿਵਾਜ਼ ਨਹੀਂ ਸੀ। ਹਾਂਜੀ। ਤੇ ਕੌਡੀ ਖੇਡਣ ਵਾਲੇ ਪਹਿਲਵਾਨਾਂ ਦਾ ਘਰ ਸੀ ਜਿੱਥੇ ਲੋਕ ਲਾੜ ਦੇ ਕੋਲ ਦੇ ਰਹਿੰਦੇ ਸੀ ਤੇ ਥੋੜੇ ਥੋੜੇ ਸਮੇਂ ਪਿੱਛੇ ਜੇਲ੍ਹ ਦੀ ਯਾਤਰਾ ਵੀ ਕਰ ਆਉਂਦੇ ਸੀ ਕਿਉਂਕਿ ਜੱਟਾਂ ਦੇ ਵਿੱਚ ਜਿਹੜੇ ਅੱਜ ਕੱਲ੍ਹ ਸਾਡੇ ਪੰਜਾਬ 'ਚ ਦੋਵਾਂ ਪਾਸੇ ਇਹ ਹੈ ਕਿ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਨੇ, ਪੰਖ ਨਾਲ ਕੋਈ ਏਡਾ ਧਿਆਨ ਨਹੀਂ। ਲੇਕਿਨ ਮੇਰੇ ਪਿਤਾ ਜੀ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਸੀ ਲੇਕਿਨ ਪੜ੍ਹੇ ਲਿਖੇ ਆਦਮੀ ਸੀ। ਉਹਨਾਂ ਨੇ ਸਾਨੂੰ ਉਸ ਪਿੰਡ 'ਚੋਂ ਕੱਢਿਆ, ਉਸ ਮਾਹੌਲ 'ਚੋਂ ਕੱਢਿਆ। ਉਹ ਕਹਿੰਦੇ ਸੀ ਜੋ ਅਸੀਂ ਆਪਣੀ ਜ਼ਿੰਦਗੀ 'ਚ ਪੜ੍ਹ ਨਹੀਂ ਸਕੇ, ਖੱਟ ਨਹੀਂ ਸਕੇ ਜ਼ਿਆਦਾ, ਲੇਕਿਨ ਅਸੀਂ ਮੈਂ ਆਪਣੀ ਚੁਦਰਾਹਟ, ਆਪਣੀ ਹਵੇਲੀ, ਆਪਣਾ ਪਿੰਡ ਇਸ ਵਾਸਤੇ ਛੱਡਿਆ ਵੀ ਤੁਹਾਨੂੰ ਚੰਗੇ ਤਰੀਕੇ ਨਾਲ ਪੜ੍ਹਾਇਆ ਜਾ ਸਕੇ। ਪਰ ਨਾਲ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਹੁਣ ਲੋਕਾਂ ਕੋਲੋਂ ਲਾਹਮੇ ਨਾ ਦਵਾਇਓ ਕਿ ਸਭ ਕੁਛ ਛੱਡ ਕੇ, ਆਪਣੀ ਚੁਦਰਾਹਟ ਛੱਡ ਕੇ ਤੇ ਔਲਾਦ ਨੂੰ ਪੜ੍ਹਾਉਣ ਵਾਸਤੇ ਨਿਕਲਿਆ ਤੇ ਔਲਾਦ ਕੁਛ ਨਹੀਂ ਕਰ ਸਕੀ ਮੇਰੀ। ਤੇ ਉਹਨਾਂ ਦੀ ਗੱਲ ਹਮੇਸ਼ਾ ਜ਼ਿਹਨ 'ਚ ਰਹੀ। ਫਿਰ ਸਾਡੀ ਮਾਤਾ ਜੀ ਨੇ ਬਹੁਤ ਧਿਆਨ ਦਿੱਤਾ, ਕੁਆਲਿਟੀ ਟਾਈਮ ਦਿੱਤਾ ਹਮੇਸ਼ਾ। ਔਰ ਇਸ ਵਾਸਤੇ ਬੰਦਾ ਆਪਣੀ ਤਰਫੋਂ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦਾ, ਪਰ ਜੇ ਬਾਬੇ ਦੀ ਮਿਹਰ ਹੋਏ ਤਾਂ ਹੀ ਗੱਲ ਅੱਗੇ ਵੱਧਦੀ ਹੈ। ਪੜ੍ਹਨ ਲਿਖਣ 'ਚ ਇੰਟਰਸਟ ਸ਼ੁਰੂ ਤੋਂ ਡਿਵੈਲਪ ਕੀਤਾ। ਅਸੀਂ ਉਹਨਾਂ ਹਾਲਾਤਾਂ 'ਚ ਪੜ੍ਹੇ ਜਿਹਨੂੰ ਸਾਡੀ ਹਵੇਲੀ ਦੇ ਵਿੱਚ ਬੱਤੀ ਨਹੀਂ ਸੀ ਹੁੰਦੀ ਤੇ ਟਰੈਕਟਰ ਦੀ ਬੈਟਰੀ ਦੇ ਨਾਲ ਰਾਤ ਨੂੰ ਬੱਤੀ ਬਾਲ ਕੇ ਪੜ੍ਹਦੇ ਸੀ। ਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹਦੀ ਸਮਝ ਨਾ ਹੋਏ, ਪਰ ਉਹ ਲੋਕ ਜਿਹੜੇ ਪੇਂਡੂ ਸੇ ਨਾਲ ਤਾਲੁਕ ਰੱਖਦੇ ਹਨ ਉਹ ਸ਼ਾਇਦ ਇਸ ਗੱਲ ਨੂੰ ਸਮਝਣ ਕਿ ਨਿੱਕਿਆਂ ਹੁੰਦਿਆਂ ਸਾਡੀ ਮਾਤਾ ਜੀ ਇੱਕ ਚੀਜ਼ ਹੁੰਦੀ ਹੈ ਤਖਤੀ ਜਿਹਦੇ ਉੱਤੇ ਪੂਰਨੇ ਪਾਏ ਜਾਂਦੇ ਆ, ਬੱਚਿਆਂ ਲਿਖਣਾ ਸਿਖਾਇਆ ਜਾਂਦਾ। ਦਿਨ 'ਚ ਤਿੰਨ ਚਾਰ ਵਾਰੀ ਕੱਚੀ ਮਿੱਟੀ ਦੀ ਗਾਚੀ ਦੇ ਨਾਲ ਉਹਨੂੰ ਪੋਚ ਕੇ ਉੱਤੇ ਪੂਰਨੇ ਪਾਉਂਦੇ ਸੀ ਤੇ ਉੱਤੇ ਲਿਖਦੇ ਸੀ। ਸੋ ਇਹ ਇੱਕ ਤੇ ਬਾਬੇ ਦੀ ਮਿਹਰ ਹੈ, ਦੂਸਰਾ ਇਹ ਹੈ ਕਿ ਖਾਸ ਤੌਰ ਤੇ ਮਾਤਾ ਜੀ ਸਾਡੇ ਉਹਨਾਂ ਦਾ ਸਾਡੇ ਤੇ ਇੰਨਾ ਧਿਆਨ ਦੇਣਾ ਔਰ ਇਨਕਰੇਜ ਕਰਨਾ ਜਿਹੜਾ ਹੈ ਉਹ ਇਹਨਾਂ ਸਾਰੀਆਂ ਅਚੀਵਮੈਂਟਸ ਦਾ ਜਿਹੜਾ ਕੌਜ਼ ਹੈ। ਹਾਂਜੀ ਜੀ। ਤੇ ਚੀਮਾ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਅਤੇ ਗਦਰੀ ਬਾਬਿਆਂ ਦੇ ਬਾਰੇ ਪੁਸਤਕ ਅਤੇ ਰਿਸਰਚ ਪੇਪਰ ਲਿਖੇ ਸਰ, ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਇਸ ਪੁਸਤਕ ਲਿਖਣ ਨੂੰ, ਇਸ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਦੇਖੋ ਜੀ, ਮੈਂ ਅਸਲ 'ਚ ਗੱਲ ਇਹ ਹੈ ਕਿ ਕਿਉਂਕਿ ਮੈਂ ਇੱਥੇ ਤਾਰੀਖ ਦਾ ਤਾਲਬ ਇਲਮ ਹੈ ਤੇ ਤਾਰੀਖ 'ਚ ਕਿਉਂਕਿ ਬਹੁਤ ਜ਼ਿਆਦਾ ਝੂਠ ਬੋਲਿਆ ਗਿਆ ਹੈ ਔਰ ਸਾਡੇ ਬਾਬਿਆਂ ਦਾ ਭਾਵੇਂ ਗੱਦੀ ਬਾਬਿਆਂ ਦੀ ਗੱਲ ਹੋਵੇ ਜਾਂ ਦਸਾਂ ਗੁਰੂ ਸਾਹਿਬਾਨ ਦੀ ਹੋਵੇ, ਉਹ ਲੋਕ ਸੀ ਜਿਹੜੇ ਤਾਰੀਖ ਬਣਾ ਰਹੇ ਸਨ ਲੇਕਿਨ ਉਹ ਕਦੇ ਤਾਰੀਖ ਲਿਖ ਨਹੀਂ ਸਕੇ ਕਿਉਂਕਿ ਉਹ ਬਾਦਸ਼ਾਹ ਤਾਂ ਨਹੀਂ ਸਨ ਕਿ ਉਹਨਾਂ ਨੇ ਦਰਬਾਰੀ ਤਾਰੀਖ ਲਿਖਣ ਵਾਲੇ ਰੱਖੇ ਹੁੰਦੇ। ਲੇਕਿਨ ਤਾਰੀਖ 'ਚ ਕਿਉਂਕਿ ਉਹਨਾਂ ਤੇ ਜ਼ਿਆਦਾ ਰਿਸਰਚ ਨਹੀਂ ਹੋਈ, ਜੇ ਹੋਈ ਵੀ ਹੈ ਤੇ ਉਹ ਇਸ ਤਰ੍ਹਾਂ ਦੀ ਹੋਈ ਹੈ ਜਿਹੜੀ ਬਹੁਤ ਜ਼ਿਆਦਾ ਐਂਬੀਗੂਅਸ ਹੈ, ਜੇ ਤਨਵੀਰ ਕੰਮ ਕਰਨ ਦੀ ਲੋੜ ਹੈ। ਔਰ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਲੈ ਲਓ,
ਲੋਕਾਂ ਨੇ ਉਹਨਾਂ ਨਾਲ ਬਹੁਤ ਸਾਰੇ ਮਿਰੇਕਲ ਤੇ ਜੋੜੇ ਹੈ ਔਰ ਵੈਸੇ ਵੀ ਸਿੱਖੀ ਤੇ ਮਿਰੇਕਲ ਤੇ ਯਕੀਨ ਨਹੀਂ ਰੱਖਦੀ ਲੇਕਿਨ ਉਹਨਾਂ ਨੇ ਸਿੱਖੀ ਨੂੰ ਇੰਸਟੀਟਿਊਸ਼ਨਲਾਈਜ਼ ਕਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਮੰਜੀ ਰਾਹੀਂ ਤੁਸੀਂ ਦੇਖ ਲਓ ਉਹਨਾਂ ਦਾ ਸਾਰਾ ਸਿਸਟਮ ਉਹ ਕਿਸ ਤਰ੍ਹਾਂ ਕਾਇਮ ਹੋਇਆ ਮੁਸਲਮਾਨ ਮੰਜੀਦਾਰ ਕਿਸ ਤਰ੍ਹਾਂ ਅਪੁਆਇੰਟ ਹੋਏ ਜਾਂ ਤੁਸੀਂ ਸੰਗਤ ਦਾ ਦੇਖ ਲਓ ਲੰਗਰ ਦਾ ਦੇਖ ਲਓ ਉਹ ਸਾਰੀਆਂ ਚੀਜ਼ਾਂ ਸਾਹਮਣੇ ਲਿਆਉਣਾ ਚਾਹੁੰਦਾ ਸਾਂ ਔਰ ਇਸ ਤੋਂ ਵੱਖ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਤੇ ਕੰਮ ਚੱਲਣ ਨੂੰ ਮਾਨ ਇਸ ਵਾਸਤੇ ਕਿਉਂਕਿ ਇੱਕ ਬਹੁਤ ਵੱਡੀ ਡਿਬੇਟ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਮੁਕਾਮ ਲੋਕਾਂ ਨੇ ਘਟਾ ਦਿੱਤਾ ਸਿਰਫ ਇਹ ਕਹਿ ਕੇ ਲਾਹੌਰ ਦੇ ਇੱਕ ਸਰਕਾਰੀ ਕਰਿੰਦੇ ਦੀ ਧੀ ਦੇ ਰਿਸ਼ਤੇ ਦੀ ਵਜ੍ਹਾ ਤੋਂ ਉਹਨਾਂ ਦੀ ਜਾਨ ਗਈ ਜਾਂ ਗੁਰੂ ਅਰਜਨ ਦੇਵ ਜੀ ਦਾ ਮੁਕਾਮ ਬਹੁਤ ਘਟਾ ਦਿੰਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਉਹ ਤਾਰੀਖ ਦੇ ਬਹੁਤ ਵੱਡੇ ਬੰਦੇ ਹਨ ਉਹਨਾਂ ਦਾ ਮੁਕਾਮ ਤਾਰੀਖ ਬਹੁਤ ਵੱਡਾ ਹੈ ਉਸ ਵਾਸਤੇ ਮੈਨੂੰ ਫਿਰ ਤਹਿਕੀਕ ਕਰਨੀ ਪਈ ਔਰ ਫਿਰ ਮੈਂ ਤੁਸਕੇ ਜਹਾਂਗੀਰੀ ਚੋਂ ਜਿਹੜੀ ਜਹਾਂਗੀਰ ਬਾਦਸ਼ਾਹ ਦੀ ਆਪਣੀ ਲਿਖਤ ਹੈ ਉਹਦੇ ਚੋਂ ਐਗਜੈਕਟ ਜਿਹੜੇ ਉਹਨੇ ਫਰਾਮੀਨ ਅਸੈਸੀਨੇਸ਼ਨ ਆਰਡਰ ਗੁਰੂ ਜੀ ਦੇ ਦਿੱਤੇ ਹਨ ਉਹ ਕੱਢੇ ਜਿਹੜੀ ਲੋਕਾਂ ਵਾਸਤੇ ਇੱਕ ਨਵੀਂ ਸ਼ਹਿਰ ਸੀ ਤੇ ਫਿਰ ਇਸੇ ਤਰ੍ਹਾਂ ਗਦਰੀ ਬਾਬਿਆਂ ਦੀ ਵੀ ਹੈ ਕਿ ਹੁਣ ਜਿਹੜੀ ਮੈਂ ਪਿਛਲੇ ਸਾਲ ਜਿਹਨੂੰ ਕੈਲੀਫੋਰਨੀਆ ਬੋਲਿਆ ਸੀ ਗਦਰੀ ਬਾਬਿਆਂ ਤੇ ਉਹਦਾ ਕਾਰਨ ਵੀ ਇਹ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਹੀਰੋ ਬਣਾਏ ਗਏ ਇਸ ਮੂਵਮੈਂਟ ਦੇ ਉਹ ਅਸਲ ਚ ਹੀਰੋ ਨਹੀਂ ਸਨ ਬਲਕਿ ਉਹਨਾਂ ਨੇ ਇਸ ਮੂਵਮੈਂਟ ਨੂੰ ਖਰਾਬ ਕੀਤਾ ਜਿਹਨੇ ਲੋਕਾਂ ਨੇ ਮੂਵਮੈਂਟ ਚਲਾਈ ਸੀ ਉਸ ਮੂਵਮੈਂਟ ਨੂੰ ਪੁੱਠੇ ਰਾਹ ਤੇ ਪਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੋ ਬਹੁਤ ਜ਼ਿਆਦਾ ਲੋੜ ਹੈ ਕਿ ਕੰਮ ਜ਼ਿਆਦਾ ਤੋਂ ਜ਼ਿਆਦਾ ਕੀਤਾ ਜਾਏ ਕਿਉਂਕਿ ਅਗਰ ਕਿਸੇ ਵੀ ਕੌਮ ਕੋਲੋਂ ਉਹਦੀ ਤਾਰੀਖ ਖੋ ਲਈ ਜਾਏ ਜਾਂ ਉਹਦੀ ਤਾਰੀਖ ਨੂੰ ਸਿੱਧਾ ਕਰਨ ਦੀ ਬਜਾਏ ਪੁੱਠਾ ਕਰ ਦਿੱਤਾ ਜਾਏ ਤੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਹਨ ਉਹਨਾਂ ਦੀ ਦਾ ਜਿਹੜਾ ਸ਼ਾਊਰ ਹੈ ਜਾਂ ਉਹਨਾਂ ਦੇ ਸੋਚਣ ਦਾ ਅੰਦਾਜ਼ ਹੈ ਉਹ ਬਦਲ ਜਾਂਦਾ ਹੈ ਇਸ ਵਾਸਤੇ ਇਹ ਸਾਰੀ ਕੋਸ਼ਿਸ਼ ਕੀਤੀ ਕਿ ਤਾਰੀਖ ਨੂੰ ਉਹਦੇ ਜਿਹੜੇ ਉਸ ਵਕਤ ਦੇ ਕੰਟੈਂਪਰੇਰੀ ਸੋਰਸਿਸ ਨੇ ਮੁੱਢਲੇ ਸੋਰਸਿਸ ਨੇ ਉਹਨਾਂ ਦੇ ਸਾਹਮਣੇ ਰੱਖ ਕੇ ਪੜ੍ਹਿਆ ਜਾਏ ਦੇਖਿਆ ਜਾਏ ਔਰ ਉਹ ਚੀਜ਼ਾਂ ਲੱਭੀਆਂ ਜਾਣ ਜੀ ਜੀ ਤੇ ਚੀਮਾ ਸਾਹਿਬ ਅਸੀਂ ਇਹ ਵੀ ਜਾਣਨਾ ਚਾਹਵਾਂਗੇ ਜਿਸ ਤਰ੍ਹਾਂ ਬੇਸ਼ੱਕ ਸਿੱਖ ਧਰਮ ਅਤੇ ਇਸਲਾਮ ਦੀਆਂ ਬਹੁਤ ਸਾਰੀਆਂ ਸਪਿਰਚੁਅਲ ਸਾਂਝਾਂ ਹਨ ਅਤੇ ਪੰਜਾਬ ਦੇ ਸਿੱਖਾਂ ਅਤੇ ਮੁਸਲਮਾਨਾਂ ਦੀ ਜ਼ਬਾਨ ਅਤੇ ਕਲਚਰ ਦੀ ਵੀ ਸਾਂਝ ਹੈ ਪਰ ਕੀ ਕਾਰਨ ਹੈ ਕਿ 17ਵੀਂ 18ਵੀਂ ਸਦੀ ਵਿੱਚ ਇਹ ਕੌਮਾਂ ਟਕਰਾਅ ਦੇ ਰਸਤੇ 'ਤੇ ਚੱਲ ਪਈਆਂ ਸੀਆਂ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਦੇਖੋ ਮੈਂ ਸਮਝਦਾ ਹਾਂ ਕਿ ਇਹ ਕਹਿਣਾ ਕਿ ਕੌਮਾਂ ਟਕਰਾਅ ਦੇ ਰਸਤੇ 'ਤੇ ਤੁਰ ਪਈਆਂ ਸ਼ਾਇਦ ਠੀਕ ਨਾ ਹੋਵੇ ਜੀ ਕਿਉਂਕਿ ਕੌਮ ਜਿਹੜੀ ਹੈ ਉਹ ਸਿਰਫ ਬਾਦਸ਼ਾਹਾਂ ਦੀ ਕੌਮ ਨਹੀਂ ਹੁੰਦੀ ਹੈ ਕੌਮ ਤੇ ਆਮ ਬੰਦੇ ਦੀ ਹੁੰਦੀ ਹੈ ਜਿਹੜੀ ਗੱਲ ਤੁਸੀਂ ਫਾਇੰਡ ਵੀ ਕੀਤੀ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਸਾਡੀ ਸਾਂਝ ਐਡੀ ਤਗੜੀ ਹੈ ਤੇ ਤੁਸੀਂ ਦੇਖੋ ਅੱਜ ਵੀ ਗ੍ਰੰਥ ਸਾਹਿਬ ਦੇ ਵਿੱਚ ਸ਼ਾਹ ਫਰੀਦ ਦੇ ਤਾਂ 134 ਸਦਣੇ ਦਾ ਇੱਕ ਕਬੀਰ ਦੇ 541 ਮਰਦਾਨੇ ਦੇ 3 ਤੇਖਣ ਦੇ 2 ਸਤਾਨਵੇਂ ਤੇ ਬਲਵੰਤ ਦੇ 8 ਸ਼ਲੋਕ ਮਿਲਦੇ ਹਨ ਅੱਛਾ ਔਰ ਮੈਂ ਗੱਲ ਅੱਗੇ ਵਧਾਉਣਾ ਚਾਹਾਂਗਾ ਕਿ ਜਿਹੜੇ ਸਾਡੇ ਪੰਜਾਬੀ ਜਾਂ ਜਿਹਨੂੰ ਅਸੀਂ ਕਹਿੰਦੇ ਮੁੱਢਲੇ ਅਸੂਲ ਸਨ ਇਸਲਾਮ ਦੇ ਉਹਨੂੰ ਜਿਸ ਤਰ੍ਹਾਂ ਸਟਰੈਂਥ ਕੀਤਾ ਹੈ ਗ੍ਰੰਥ ਸਾਹਿਬ ਨੇ ਜਿਸ ਤਰ੍ਹਾਂ ਬਾਬਾ ਜੀ ਨੇ ਫਰਮਾਇਆ ਕਿ 5 ਵਕਤ ਨਮਾਜ਼ ਗੁਜ਼ਾਰ ਪੜ੍ਹ ਕੇ ਤੀਰ ਕੁਰਾਨਾ ਨਾਨਕ ਆਖੇ ਗੋ ਸਦੇ ਰਹੇ ਉਹ ਪੀ ਨਾ ਖਾਣਾ ਯਾਨੀ 5 ਵਕਤ ਦੀ ਨਮਾਜ਼ ਪੜ੍ਹ ਤੇ ਦਿਨ ਕਵਰ ਸਰਦੀ ਹੈ ਪਈ ਤੂੰ ਖਾਣ ਪੀਣ ਚ ਜੁਟਿਆ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਹੈ ਇਮਾਨ ਦਾ ਹਿੱਸਾ ਹੈ ਕਿ ਕੁਲ ਹੂ ਵੱਲਾ ਹੂ ਆਹਦ ਹੁਣ ਉਹਨੂੰ ਅਗਰ ਤੁਸੀਂ ਦੇਖੋ ਤੇ ਜਿੱਥੇ ਤੁਸੀਂ ਜੋੜਦੇ ਹੋ ਤੇ ਗੁਰੂ ਸਾਹਿਬ ਨੇ ਜੋ ਫਰਮਾਇਆ ਕਿ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਸਾਡਾ ਅਸੀਂ ਕਹਿੰਦੇ ਹਾਂ ਅੱਲਾਹੁ ਸਮਦ ਤੇ ਦੂਸਰੇ ਪਾਸੇ ਰਾਗ ਬਸੰਤ ਕਹਿੰਦਾ ਹੈ ਕਿ ਬੇ ਮੁਹਤਾਜ ਬੇ ਅੰਤ ਪਾਰਾ ਸਤ ਪਤਜੇ ਕਰਨੇ ਹਾਰਾ ਫਿਰ ਅਸੀਂ ਕਹਿੰਦੇ ਲਾਮਜਲਿਦ ਵਲਾਮਜੁਲਦ ਤੇ ਦੂਸਰੇ ਪਾਸੇ ਹੈ ਕਿ ਨਾਤਸ ਮਾਪ ਪਿਤਾ ਸਤ ਬੰਧਤ ਇਹ ਦੇਖੋ ਏਡੀ ਤਗੜੀ ਸਾਂਝ ਹੈ ਕਿ ਇਹ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਜੀ ਦੇ ਤੇ ਉਹਨਾਂ ਦੇ ਭਾਈ ਮਰਦਾਨਾ ਜੀ ਦੇ ਸੰਬੰਧ ਨਾਲ ਫਿਰ ਤੁਸੀਂ ਇਹ ਵੀ ਜਾਣਦੇ ਗੁਰੂ ਅਮਰਦਾਸ ਜੀ ਤੇ ਸਿੱਖ ਦੇ ਜਿੱਥੇ ਸਿੱਖ ਮੰਜੀਦਾਰ ਸੀ ਉੱਥੇ ਹੀ ਮੁਸਲਮਾਨ ਮੰਜੀਦਾਰ ਵੀ ਸੀ ਦਸਵੇਂ ਪਾਤਸ਼ਾਹ ਤੱਕ ਨਬੀ ਖਾਨ ਗਨੀ ਖਾਨ ਦਸਵੇਂ ਪਾਤਸ਼ਾਹ ਦੇ ਨਾਲ ਰਹੇ ਔਰ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤੱਕ ਫਕੀਰ ਖਾਨਦਾਨ ਮੁਸਲਮਾਨ ਸੀ ਜਿਹੜਾ ਉਹਨਾਂ ਦਾ ਵਜ਼ੀਰ ਸੀ ਤੇ ਇਹ ਸੰਬੰਧ ਤੇ ਬਹੁਤ ਹੀ ਮਜ਼ਬੂਤ ਸੀ ਔਰ ਜਿਹੜਾ ਲੋਕਾਈ ਦਾ ਸੰਬੰਧ ਸੀ ਦੋਵਾਂ ਧਰਮਾਂ ਦੇ ਲੋਕਾਂ ਦਾ ਉਹ ਵੀ ਬਹੁਤ ਮਜ਼ਬੂਤ ਸੰਬੰਧ ਸੀ
और ਤੁਸੀਂ ਤਾਂ ਮੰਨੋ ਨਾ ਮੰਨੋ ਕਿ ਪਾਰਟੀਸ਼ਨ ਤੱਕ ਬਹੁਤ ਸਾਰੇ ਮੁਸਲਮਾਨ ਨੇ ਗਾਉਂਦੇ ਫਿਰਦੇ ਸੀ ਕਿ ਬਾਬਾ ਨਾਨਕ ਸ਼ਾਹ ਫਕੀਰ ਸਿੱਖਾਂ ਦਾ ਗੁਰੂ ਮੁਸਲਮਾਨਾਂ ਦਾ ਪੀਰ। ਹਾਂਜੀ, ਪਰ ਦੂਸਰੇ ਪਾਸੇ ਜੋ ਮੁਗਲ ਰਾਜ ਦਾ ਸਿੱਖੀ ਦੇ ਨਾਲ ਸੰਬੰਧ ਰਿਹਾ ਅਸੀਂ ਉਸ ਤੋਂ ਵੀ ਅੱਖਾਂ ਨਹੀਂ ਫੇਰ ਸਕਦੇ। ਬਿਲਕੁਲ, ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਦੋ ਧਰਮਾਂ ਦਾ ਕੋਈ ਕਲੈਸ਼ ਨਹੀਂ ਸੀ, ਕਿਉਂਕਿ ਜਿਹੜਾ ਬਾਦਸ਼ਾਹ ਹੁੰਦਾ ਹੈ ਉਹਦਾ ਤਾਂ ਧਰਮ ਹੁੰਦਾ ਹੀ ਨਹੀਂ। ਜੀ, ਬਾਦਸ਼ਾਹ ਦਾ ਧਰਮ ਸਿਰਫ ਬਾਦਸ਼ਾਹ ਹੀ ਹੁੰਦਾ ਹੈ। ਹਾਂਜੀ, ਔਰ ਪੰਜਾਬ ਦੀ ਧਰਤੀ ਇਸ ਸਾਲ ਮੈਂ ਬੜੀ ਬਦਕਿਸਮਤ ਰਹੀ ਹੈ ਕਿ ਪੂਰੀ ਇੱਕ ਤੁਸੀਂ ਦੇਖ ਲਓ ਕਿ 1002 AD ਤੋਂ ਲੈ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਪੰਜਾਬ ਉੱਤੇ 12 ਗੈਰ ਪੰਜਾਬੀ ਟੱਬਰਾਂ ਨੇ ਹਕੂਮਤ ਕੀਤੀ ਹੈ। ਇਹ ਉਹ 12 ਵੱਡੇ ਰਾਜ ਕਰਨ ਵਾਲੇ ਟੱਬਰ ਸਨ ਬਾਦਸ਼ਾਹਾਂ ਦੇ, ਜਿਨ੍ਹਾਂ ਦਾ ਪੰਜਾਬ ਦੀ ਧਰਤੀ ਨਾਲ ਕੋਈ ਸੰਬੰਧ ਨਹੀਂ ਸੀ। ਹਾਂਜੀ, ਇੱਕ ਉਹਨਾਂ ਦਾ ਧਰਤੀ ਨਾਲ ਸੰਬੰਧ ਨਹੀਂ ਸੀ, ਦੂਸਰਾ ਉਹਨਾਂ ਦਾ ਸਿਰਫ ਔਰ ਸਿਰਫ ਜਿਹੜਾ ਸੰਬੰਧ ਸੀ ਆਪਣੇ ਰਾਜ ਨਾਲ ਸੀ। ਔਰ ਉਸੇ ਹੀ ਰਾਜ ਨੂੰ ਬਚਾਉਣ ਵਾਸਤੇ ਉਹਨਾਂ ਨੇ ਜੋ ਵੀ ਅਤਿਆਚਾਰ ਕੀਤਾ ਹੈ ਸਿੱਖ ਗੁਰੂਆਂ ਤੇ ਔਰ ਸਿੱਖ ਪ੍ਰਜਾ ਤੇ, ਉਹ ਇਸ ਸ਼ੈ ਨੂੰ ਨਹੀਂ ਸਾਬਤ ਕਰਦਾ ਕਿ ਇਹ ਕੁਛ ਸਿੱਖਾਂ ਜਾਂ ਮੁਸਲਮਾਨਾਂ ਦੀ ਲੜਾਈ ਸੀ ਜਾਂ ਸਿੱਖਾਂ ਦੇ ਮੁਸਲਮਾਨ। ਔਰ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਉਹਨਾਂ ਤੇ ਆਪਣੇ ਸਕੇ ਵੀ ਨਹੀਂ ਬਖਸ਼ੇ, ਕਿਉਂਕਿ ਬਾਦਸ਼ਾਹ ਧਰਮ ਤੇ ਬਾਦਸ਼ਾਹ ਹੀ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਇਹ ਦੇਖੋ ਕਿ ਅਕਬਰ ਬਾਦਸ਼ਾਹ ਜਿਹਨੂੰ ਬਹੁਤ ਵੱਡਾ ਬਾਦਸ਼ਾਹ ਮੰਨਿਆ ਜਾਂਦਾ ਹੈ, ਉਹਦਾ ਪੁੱਤਰ ਜਹਾਂਗੀਰ ਆਪਣੇ ਸਕੇ ਪੁੱਤਰ ਨੂੰ ਜਿਹਨੂੰ ਉਹ ਗੁਰੂ ਅਰਜਨ ਦੇਵ ਜੀ ਦੀ ਖਿਦਮਤ ਹਾਜ਼ਰ ਹੁੰਦਾ ਹੈ, ਉਹਦੇ ਬਾਅਦ ਫੜਿਆ ਜਾਂਦਾ ਹੈ ਤੇ ਉਹਦੀ ਅੱਖਾਂ ਕਢਾ ਦਿੰਦਾ ਹੈ। ਤੁਸੀਂ ਬਾਬਰ ਬਾਦਸ਼ਾਹ ਨੂੰ ਦੇਖ ਲਓ, ਜਿਹੜਾ ਬਾਨੀ ਹੈ ਮੁਗਲ ਰਾਜ ਦਾ, ਉਹ ਜਿਸ ਵੇਲੇ ਮਾਵਰਵ ਨਹਿਰ ਤੋਂ ਨੱਸਿਆ ਹਿੰਦੁਸਤਾਨ ਆਉਣ ਲਈ ਤੇ ਆਪਣੀ ਭੈਣ ਖਾਨਜ਼ਾਦਾ ਬੇਗਮ ਨੂੰ ਉਹਨੇ ਆਪਣੇ ਦੁਸ਼ਮਣ ਸ਼ਿਬਾਨੀ ਖਾਨ ਦੇ ਹਵਾਲੇ ਕੀਤਾ ਤਾਂ ਕਿ ਉਹਦੀ ਜਾਨ ਬਖਸ਼ੀ ਹੋ ਸਕੇ। ਇਸ ਤਰ੍ਹਾਂ ਔਰੰਗਜ਼ੇਬ ਨੂੰ ਦੇਖ ਲਓ, ਉਹਨੇ ਕੋਈ ਭਤੀਜਾ ਨਹੀਂ ਛੱਡਿਆ, ਕੋਈ ਭਰਾ ਨਹੀਂ ਛੱਡਿਆ, ਆਪਣੀ ਔਲਾਦ ਨਹੀਂ ਛੱਡੀ ਜਿਹਨੂੰ ਟੋਰਚਰ ਨਾ ਕੀਤਾ ਹੋਵੇ। ਸੋ ਅਜਿਹੇ ਬਾਦਸ਼ਾਹਾਂ ਤੋਂ ਮਾਫ ਕਰਨਾ, ਐਕਸਪੈਕਟ ਕਰਨਾ ਕਿ ਉਹ ਕਿਸੇ ਵੀ ਧਰਮ ਦਾ ਕੋਈ ਇਤਰਾਮ ਕਰਨਗੇ ਤਾਂ ਉਹ ਤੇ ਬਹੁਤ ਹੀ ਅਜੀਬ ਜਿਹੀ ਗੱਲ ਹੈ। ਔਰ ਸਿਰਫ ਇਹ ਨਹੀਂ ਕਿ ਸਿੱਖੀ ਤੇ ਅਤਿਆਚਾਰ ਕੀਤਾ ਹੈ, ਪੂਰੇ ਪੰਜਾਬ ਤੇ ਅਤਿਆਚਾਰ ਇਹਨਾਂ ਨੇ ਕੀਤਾ ਹੈ। ਇਸੇ ਵਾਸਤੇ ਹੀ ਸ਼ਾਹ ਹੁਸੈਨ ਨੇ ਜਿਹੜੀ ਗੱਲ ਕੀਤੀ ਹੈ ਮੁਗਲ ਰਾਜ ਦੇ ਉੱਤੇ, ਉਹ ਬਹੁਤ ਵਧੀਆ ਹੈ ਕਿ ਨਾ ਇਸ ਮੋਲ ਨਾ ਲਾਹਾ, ਨਾ ਉਹ ਮੰਗਿਆ ਨਾ ਪਰਮਾਇਆ, ਨਾ ਇਸ ਗੰਡ ਮਸਾਹਾ, ਨਾ ਘਰ ਬਾਰੀ ਨਾ ਉਹ ਮੁਸਾਫਰ, ਨਾ ਉਹ ਮੋਮਨ ਨਾ ਉਹ ਕਾਫਰ, ਜੋ ਆਹਾ ਸੋ ਆਹਾ। ਔਰ ਇਸ ਵਾਸਤੇ ਸਾਨੂੰ ਅੱਜ ਲੋੜ ਹੈ ਕਿ ਅਸੀਂ ਬਾਦਸ਼ਾਹੀ ਦੀ ਤਾਰੀਖ ਨੂੰ ਤੇ ਲੋਕਾਈ ਦੀ ਤਾਰੀਖ ਨੂੰ ਵੱਖ ਵੱਖ ਕਰੀਏ। ਔਰ ਜਿੰਨੇ ਪੰਜਾਬ ਦੇ ਸਿੱਖ ਤੰਗ ਸਨ ਇਹਨਾਂ ਮੁਗਲ ਹੁਕਮਰਾਨਾਂ ਤੋਂ ਜਾਂ ਬਾਦਸ਼ਾਹਾਂ ਤੋਂ, ਪੰਜਾਬ ਦੇ ਮੁਸਲਮਾਨ ਵੀ ਉਨੇ ਹੀ ਤੰਗ ਸਨ। ਜਿਸ ਤਰ੍ਹਾਂ ਬੁੱਲੇ ਸ਼ਾਹ ਨੇ ਕਿਹਾ, ਜਿਸ ਵੇਲੇ ਮੁਗਲਾਂ ਨੇ ਪੰਜਾਬ ਦੇ ਆਮ ਬੰਦਿਆਂ ਦੇ ਉੱਤੇ ਆਪਣਾ ਖਜ਼ਾਨਾ ਭਰਨ ਲਈ ਟੈਕਸ ਤੇ ਟੈਕਸ ਲਾਏ, ਬੁੱਲੇ ਸ਼ਾਹ ਕਹਿੰਦੇ ਨੇ ਕਿ ਮੈਂ ਕਸੁੰਬੜਾ ਚੁਣ ਚੁਣ ਖਾਰੀ, ਇਸ ਕਸੁੰਬੇ ਦੇ ਕੰਡੇ ਬੁਲੇਰੇ, ਉਡਾੜ ਚੁਨੜੀ ਪਾੜੀ, ਇਸ ਕਸੁੰਬੇ ਦਾ ਹਾਕਮ ਕਰਦਾ ਜ਼ਾਲਮ ਹੈ ਪਟਵਾਰੀ, ਇਸ ਕਸੁੰਬੇ ਦੇ ਚਾਰ ਮੁਕੱਦਮ ਮਾਮਲਾ ਮੰਗਦੇ ਪਾਰੀ। ਔਰ ਇਹ ਰਿਫਲੈਕਸ਼ਨ ਜਿਹੜੇ ਹਨ ਤੁਹਾਨੂੰ ਤਾਰੀਖ ਚ ਮਿਲ ਜਾਣਗੇ, ਲੇਕਿਨ ਅਨਫੋਰਚੁਨੇਟਲੀ ਪੰਜਾਬ ਦੀ ਤਾਰੀਖ ਕਦੇ ਸਹੀ ਤਰ੍ਹਾਂ ਲਿਖੀ ਨਹੀਂ ਗਈ। ਉਹਨੂੰ ਅਗਰ ਸਹੀ ਤੌਰ ਤੇ ਸਮਝਣਾ ਹੋਵੇ ਤੇ ਉਸ ਵਕਤ ਦੇ ਸ਼ਾਇਰਾਂ ਨੂੰ ਪੜ੍ਹਨ ਦੀ ਲੋੜ ਹੈ, ਉਸ ਵਕਤ ਦੇ ਆਮ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਕੀ ਮਸਾਇਲ ਸਨ, ਕਿਹੜੇ ਇਸ਼ੂ ਸਨ, ਉਹ ਦੇਖਣ ਦੀ ਲੋੜ ਹੈ, ਤਾਂ ਹੀ ਅਸੀਂ ਸਮਝ ਪਾਵਾਂਗੇ ਕਿ ਇਹ ਸਿੱਖੀ ਜਾਂ ਮੁਸਲਮਾਨਾਂ ਦੀ ਜੰਗ ਨਹੀਂ ਸੀ, ਇਹ ਬਾਦਸ਼ਾਹੀ ਦੀ ਜੰਗ ਸੀ ਔਰ ਉਹਨਾਂ ਹਰ ਉਸ ਬੰਦੇ ਦੇ ਖਿਲਾਫ਼ ਸੀ ਜਿਹੜੇ ਬਾਦਸ਼ਾਹੀ ਦੇ ਅਤਿਆਚਾਰ ਦੇ ਖਿਲਾਫ਼ ਖਲੋਤਾ, ਜਿਹਨੇ ਆਮ ਬੰਦੇ ਦੀ ਗੱਲ ਕੀਤੀ, ਆਮ ਬੰਦੇ ਦੇ ਹੱਕਾਂ ਦੀ ਗੱਲ ਕੀਤੀ। ਜੀ ਬਿਲਕੁਲ। ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਸਿੱਖਾਂ ਦੇ ਬਾਰੇ ਇੰਨਾ ਕੁਛ ਲਿਖਿਆ, ਤੁਸੀਂ ਜਾਣਦੇ ਹੋ ਕਿ ਜਦੋਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਨੇ ਖਾਲਿਸਤਾਨ ਦਾ ਨਿਸ਼ਾਨਾ ਮਿੱਥ ਲਿਆ ਸੀ ਅਤੇ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀਗਾ, ਇੱਕ ਸਕਾਲਰ ਦੇ ਨਾਤੇ ਅਤੇ ਇੱਕ ਤੁਹਾਡੀ ਸਟੱਡੀ ਜਿਹੜੀ ਇੰਟਰਨੈਸ਼ਨਲ ਰਿਲੇਸ਼ਨ ਵਿੱਚ ਹੋਣ ਕਰਕੇ, ਤੁਸੀਂ ਸਾਨੂੰ ਦੱਸੋ ਕਿ ਖਾਲਿਸਤਾਨ ਦੀ ਵਾਇਬਿਲਿਟੀ ਅਤੇ ਸਟੈਬਿਲਿਟੀ ਦੇ ਕਿੰਨੀ ਕੁ ਚਾਂਸਿਸ ਹਨ, ਇਸ ਬਾਰੇ ਥੋੜ੍ਹੀ ਜਾਣਕਾਰੀ ਦਿਓ। ਦੇਖੋ ਜੀ, ਇੰਟਰਨੈਸ਼ਨਲ ਰਿਲੇਸ਼ਨ ਦੇ ਹਵਾਲੇ ਨਾਲ ਵੀ ਇੰਟਰਨੈਸ਼ਨਲ ਰਿਲੇਸ਼ਨ ਦੀ ਮੈਨੂੰ ਸਮਝ ਹੈ, ਅਸੀਂ ਤਾਰੀਖ 'ਚ ਔਰ ਇੰਟਰਨੈਸ਼ਨਲ ਅਫੇਅਰ 'ਚ ਬਾਰ ਬਾਰ
एक वाकई में सिर पे चुकिया होया है होलोकास्ट नू, जिस तरह हिटलर ने यूज का होलोकास्ट किया, पर पंजाब के सिखां का होलोकास्ट कई बारी होया है। और स्टेट टेररिज्म भी बदतरीन मिसाल जिहड़ी है पूरी दुनिया मॉडर्न हिस्ट्री जी, वो इंदिरा गांधी ने कायम की है। और खालिस्तान मूवमेंट जिस तरह अत्याचार होया है वो स्टेट टेररिज्म की बहुत वड्डी मिसाल है जी। क्योंकि लोग कहते हैं कि असि खाड़कू ते मारे, पर मैं अजे पूछना चाहता हाँ कि खाड़कुआ ने तो मारिया, उन्होंने हाथ से हथियार से, पर उन्होंने मामा नु क्यों मारिया, उन्होंने हथियार नहीं थी चुके, उन्होंने बच्चों नु क्यों मारिया गया, वो तो हथियारबंद नहीं सी। हाँ जी, स्टेट टेररिज्म की मॉडर्न हिस्ट्री की एड्डी वड्डी मिसाल किसी पास नहीं मिलती है। और खालिस्तान मूवमेंट जिहड़ी है वो उस वेले ही शुरू हो गई थी जिस वेले नेहरू ने अपना स्टांस बदलिया, और जिस वेले उन्हें हिंदुस्तान बनन के बाद पूरे इंडिया ने हिंदुनाइज करने की कोशिश की थी। हाँ जी, जिस वेले पंजाब में पानी के उत्ते जुबान के उत्ते वंडिया गया, लोगों के हक खोए गए, उस वेले ही खालिस्तान का जन्म हो गया सी। हाँ, जन्म होने के बाद कौमां नूं बहुत कुर्बानी देनी पैंदी है, हर फ्रीडम मूवमेंट बहुत सारे टाइम लगता है, समा लगता है। पहला फेज खालिस्तान का बेशक मोकिया हो गए, पर आज जिहड़े असीं देखते हाँ कि गल करन दा तरीके बदल गए हैं, स्पैशली 9/11 के बाद आम स्ट्रगल नूं शायद दुनिया इन्ना पसंद ना करे, लेकिन तुसी खालिस्तान की मंग अज भी कर सकते हो, कॉन्स्टिट्यूशनल बेसिस पे कर सकते हो, इकोनॉमिक बेसिस पे कर सकते हो, बिल्कुल, और कल्चरल बेसिस पे कर सकते हो, क्यों नहीं। खालिस्तान जिहड़ा है वो ही सिखी का मुस्तकबिल है। सिखी का एक बड़ा ये अलमिया रहा है कि सिखी नूं कदे भी राज करन का मौका नहीं मिलिया। हाँ जी, सिखी ने आज तक कुर्बानी ही दी है, बिल्कुल, क्योंकि सिखी का काम तो सेवा करना है, इस वास्ते शायद सिखा ने राज पाठ अगर तो जन्म दी। पर तुसीं ये देखो कि राज सिखा का कायम होना बहुत जरूरी है, क्योंकि जिस तरह महाराजा रणजीत सिंह ने वंडे हुए पंजाब नूं, वो पंजाब जिहड़ा लहू दे विच डुब्बिया होया सी उन्हें इकट्ठा करके सिखी का राज करके अमन किया। इसे तरह अज भी लोड़ है कि सिखां दा अपना राज होवे, क्योंकि सिख ते ओह कौम हन जिहड़े सरबत दा भला चाहुंदे हन और जिन्हां दा मकसद पूरी दुनिया दे विच अमन और प्यार फैलाना है। बिल्कुल, ते जे उन्हां दा अपना एक मुल्क होवे ते उत्थों ही अमन ते प्यार दा ही प्रचार होएगा। हां जी, पर मैं ये कहना चाहना कि शायद उस खालिस हुण सानूं खालिस्तान वास्ते आम स्ट्रगल तों वध के इस गल दी लोड़ है कि प्रोपोगेट करिए और लोगों को दसीए कि खालिस्तान की है जी। सिर्फ चंद हथियार बंद जत्थियां दा मुकाबला नहीं है। हाँ जी, बल्कि तीसरे पंजाब दा ये अमेरिकन ते कैनेडियन सिटीजन दा, ब्रिटिश सिटीजन दा, इंडियन सिटीजन दा, पाकिस्तानी सिटीजन दा मुकाबला है कि खालिस्तान बनना चाहिदा है। हाँ जी, क्योंकि ये लोगों का हक है और ये हक मंगन वास्ते सानू कॉन्स्टिट्यूशनल स्ट्रगल करनी चाहिदी है, दुनिया के फोरम से बोलना चाहिदा है, लोगों को दसना चाहिदा है। मैनूं एक बड़ी हैरत हुई है कि इंडियन गवर्नमेंट बहुत वड्डा सरमाया ला रही है कि खालिस्तान मूवमेंट नूं मिस इंटरप्रेट किया जाए, इहदा संबंध टैररिज्म नाल जोड़िया जाए, लोगों को दसया जाए कि ये जिहड़े लोग जिन्होंने अपनी जाना दा जिहड़े शहीद होए, जिन्होंने कुर्बानियां दित्तियां खालिस्तान वास्ते, वो लोग जिहड़े सी वो टैररिस्ट सी। ये सानूं अपनी आने वाली नसल नूं, नवीं पीढ़ी नूं दसण दी लोड़ है कि वो लोग टैररिस्ट नहीं सी, जो लोग सी कि जिन्होंने आजादी वास्ते अपनी जानों की कुर्बानी दी, और आजादी अपने वास्ते नहीं पूरी सिख खालसा पंथ की आजादी वास्ते जान दी है। और खास तौर पे क्योंकि तुसी न्यूयॉर्क में बोल रहे हो, अमरीकी जनरेशन समझ होनी चाहिए है कि अमरीका ने आपकी आजादी जी है वो बंदूक के जोर से ली है, किसी कॉन्स्टिट्यूशनल अमेंडमेंट नाल नहीं सी ली, और इथों जिहड़ा जिहड़ा इंग्लैंड का राज खत्म किया वो आम स्ट्रगल नाल किया सी। हाँ, आज के दौर आम स्ट्रगल में चंगा नहीं समझा जाता, असी भी नहीं चाहवांगे कि फिर तू आम स्ट्रगल हो, फिर तू जाना में गया हो। पर खालिस्तान वास्ते बहुत सारे कॉन्स्टिट्यूशनल बेसिस मौजूद हैं, इकोनॉमिक सोशल पॉलिटिकल बेसिस मौजूद हैं, जिन्हें बुनियाद से खालिस्तान मंगना चाहिए है। और खालिस्तान ऐसी रियालिटी है जिड़ी जे अज सामने ना आई
ਹੋਰ ਬਹੁਤੇ ਸਾਲਾਂ ਤੱਕ ਛੁੱਪੀ ਨਹੀਂ ਰਹੇਗੀ, ਸਾਹਮਣੇ ਜ਼ਰੂਰ ਆਏਗੀ। ਚਲੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਕੋਈ ਨਹੀਂ ਕਰਦਾ ਹੈ, ਲੇਕਿਨ ਜਿਹੜਾ ਪੰਜਾਬ ਬਾਹਰ ਬੈਠਾ ਹੈ, ਜਿਸ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣੇ ਘਰ ਛੱਡੇ ਹਨ, ਜਿਹੜੇ ਆਪਣੇ ਘਰਾਂ ਤੋਂ ਕਈ ਕਈ ਸਾਲ ਬਾਹਰ ਬੈਠੇ ਹਨ, ਜਿਨ੍ਹਾਂ ਦੀਆਂ ਪੀੜ੍ਹੀਆਂ ਮੁੱਕ ਗਈਆਂ ਹਨ, ਉਹ ਪੰਜਾਬ ਜਿਹੜਾ ਕੈਨੇਡਾ ਅਮਰੀਕਾ ਵਸਦਾ ਹੈ, ਉਹ ਪੰਜਾਬ ਜ਼ਰੂਰ ਤਬਦੀਲੀ ਲਿਆ ਸਕਦਾ ਹੈ ਔਰ ਉਹ ਪੰਜਾਬ ਜ਼ਰੂਰ ਖਾਲਿਸਤਾਨ ਬਣਾ ਸਕਦਾ ਹੈ। ਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਸਵਾਲਾਂ ਦੇ ਸਾਰੇ ਵੇਰਵੇ ਦਿੱਤੇ ਐਟ ਦੀ ਐਂਡ। ਅਸੀਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਸੀਂ ਭਾਵੇਂ ਤੁਸੀਂ ਹੁਣ ਇੰਗਲੈਂਡ ਦੇ ਵਿੱਚ ਵੱਸਦੇ ਹੋ, ਪਰ ਤੁਹਾਡਾ ਵਤਨ ਪਾਕਿਸਤਾਨ ਹੈ, ਪਾਕਿਸਤਾਨ ਦੇ ਅੱਜ ਕੱਲ੍ਹ ਕੀ ਹਾਲਾਤ ਹਨ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਦੇ ਇੰਨੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹਨ, ਇਸ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦੇਖੋ ਜੀ, ਪਾਕਿਸਤਾਨ ਦੇ ਹਾਲਾਤ ਪੂਰੀ ਦੁਨੀਆਂ ਨੂੰ ਪਤਾ ਹੈ ਕਿ ਚੰਗੇ ਨਹੀਂ ਔਰ ਉਹਦੇ 'ਚ ਕੁਛ ਤੇ ਪਾਕਿਸਤਾਨ ਦਾ, ਪਾਕਿਸਤਾਨੀ ਪੋਲਿਟਿਕਸ ਦਾ ਵੀ ਕਸੂਰ ਹੈ ਕਿ ਪਾਕਿਸਤਾਨ ਨੇ ਜਿਹੜੀ ਪ੍ਰੋਕਸੀ ਵਾਰ ਲੜੀ ਹੈ ਉਹਦਾ ਡਾਊਨ ਉਹਦਾ ਜਿਹੜਾ ਉਹਦੇ ਡਾਊਨਫਾਲ ਦਾ ਸਬੱਬ ਬਣੀ ਹੈ। ਪਾਕਿਸਤਾਨ 'ਚ ਬਹੁਤ ਦੇਰ ਡਿਕਟੇਟਰਸ਼ਿਪ ਰਹੀ ਹੈ, ਪਹਿਲਾਂ ਜ਼ਿਆਉਲ ਹੱਕ ਦੀ ਰਹੀ ਹੈ, ਫਿਰ ਮੁਸ਼ਰਫ ਦੀ ਰਹੀ ਹੈ ਔਰ ਦੋਵਾਂ ਦੌਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਜਿਸ ਵੇਲੇ ਪਾਕਿਸਤਾਨ ਨੇ ਨੌਨ ਅਲਾਈਨਮੈਂਟ ਛੱਡੀ ਹੈ ਔਰ ਅਮਰੀਕਾ ਦੀ ਪ੍ਰੋਕਸੀ ਵਾਰ ਲੜੀ ਹੈ, ਉਹਦਾ ਨਤੀਜਾ ਤਾਂ ਪਾਕਿਸਤਾਨ ਨੂੰ ਭੁਗਤਣਾ ਪਿਆ। ਲੇਕਿਨ ਪਾਕਿਸਤਾਨ ਬਦਕਿਸਮਤ ਮੁਲਕ ਇਸ ਵਾਸਤੇ ਹੈ ਕਿ ਪੂਰੀ ਦੁਨੀਆ ਅੱਜ ਪਾਕਿਸਤਾਨ 'ਚ ਇੰਟਰਵੈਂਸ਼ਨ ਕਰਨ 'ਤੇ ਲੱਗੀ ਹੈ ਔਰ ਉਹਦੇ 'ਚ ਬਹੁਤ ਸਾਰੀ ਭਾਰਤੀ ਇਨਵੋਲਵਮੈਂਟ ਹੈ, ਉਹ ਬਹੁਤ ਸਾਰੀ ਹੋਰ ਮੁਲਕਾਂ ਦੀ ਇਨਵੋਲਵਮੈਂਟ ਹੈ ਕਿਉਂਕਿ ਪਾਕਿਸਤਾਨ ਦੇ ਮਸਲਿਆਂ ਪਾਕਿਸਤਾਨ 'ਚ ਇੱਕ ਜੰਗ ਨਹੀਂ ਲੜੀ ਜਾ ਰਹੀ ਹੈ ਬਲਕਿ ਕਈ ਇੱਕ ਜੰਗ ਦੇ ਵਿੱਚ ਕਈ ਜੰਗਾਂ ਹੋ ਰਹੀਆਂ ਹਨ। ਉੱਥੇ ਤੁਸੀਂ ਇਹ ਕਹਿ ਤੇ ਬਹੁਤ ਸੌਖਾ ਹੀ ਕਹਿ ਦਿੰਦੇ ਹੋ ਕਿ ਪਾਕਿਸਤਾਨ 'ਚ ਟੈਰਰਿਸਟ ਗਰੁੱਪ ਹੈਗੇ ਨੇ, ਮਦਰਸੇ ਨੇ ਜਿਹਨਾਂ 'ਚ ਸੁਸਾਈਡਲ ਬੰਬਰਸ ਪੈਦਾ ਹੋ ਰਹੇ ਨੇ, ਪਰ ਕਦੇ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਮਦਰਸੇ ਬਣਾਏ ਕਿੰਨੇ, ਇਹਨਾਂ ਵਾਸਤੇ ਫੰਡ ਕਿੱਥੋਂ ਆਉਂਦੇ ਨੇ ਇਹਨਾਂ ਦੇ ਵਿੱਚ ਔਰ ਇਹ ਉਹੀ ਮਦਰਸੇ ਨੇ ਜਿਹੜੇ ਵਿਦੇਸ਼ੀ ਫੰਡਿੰਗ ਦੇ ਨਾਲ ਰੂਸ ਦੇ ਖਿਲਾਫ ਜਿਵੇਂ ਸੋਵੀਅਤ ਯੂਨੀਅਨ ਬੈਠਾ ਸੀ ਅਫਗਾਨਿਸਤਾਨ 'ਚ, ਉਸ ਵੇਲੇ ਸੋਵੀਅਤ ਯੂਨੀਅਨ ਨੂੰ ਮਾਰਨ ਲਈ ਇਹ ਮਦਰਸੇ ਔਰ ਇਹਨਾਂ ਦੀ ਫੰਡਿੰਗ ਕਰੀ ਗਈ ਔਰ ਅੱਜ ਅਸੀਂ ਦੇਖਦੇ ਹਾਂ ਕਿ ਭਾਰਤੀ ਇਨਵੋਲਵਮੈਂਟ ਜਿਹੜੀ ਹੈ ਥਰੂ ਅਫਗਾਨਿਸਤਾਨ ਬਹੁਤ ਜ਼ਿਆਦਾ ਹੈ ਔਰ ਮੈਨੂੰ ਬੜੀ ਹੈਰਤ ਹੋ ਰਹੀ ਸੀ ਕਿ ਇੱਕ ਫਾਰਮਰ US ਕਾਂਗਰਸਮੈਨ ਨੇ ਹੀ ਰੀਸੈਂਟਲੀ ਕਿਹਾ ਹੈ, ਸਾਲ ਕੀ ਕਿਹਾ ਹੈ ਕਿ ਜਿਹੜਾ ਭਾਰਤ ਹੈ ਉਹ ਅਫਗਾਨਿਸਤਾਨ ਨੂੰ ਆਪਣੀ ਸੈਕਿੰਡ ਫਰੰਟ ਲਾਈਨ ਦੇ ਤੌਰ 'ਤੇ ਵਰਤ ਰਿਹਾ ਹੈ ਔਰ ਭਾਰਤ ਨਹੀਂ ਚਾਹੁੰਦਾ ਕਿ ਉਹ ਖਿੱਤੇ ਦੇ ਵਿੱਚ ਅਮਨ ਆਏ, ਉਹ ਕਦੇ ਅਫਗਾਨਿਸਤਾਨ 'ਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਾਉਂਦਾ ਹੈ ਔਰ ਉਹਦਾ ਜ਼ਿੰਮਾ ਪਾਕਿਸਤਾਨ 'ਤੇ ਪਾ ਦਿੰਦਾ ਹੈ, ਕਦੇ ਪਾਕਿਸਤਾਨੀ ਤਾਲਿਬਾਨ ਨੂੰ ਔਰ ਬਹੁਤ ਸਾਰੇ ਲੋਕ ਜਿਹੜੇ ਨਾਰਕੋਟਿਕਸ ਡਰੱਗਸ ਤੇ ਡੀਲਿੰਗ 'ਚ ਨੇ ਅਫਗਾਨਿਸਤਾਨ ਨੇ ਪਾਕਿਸਤਾਨ 'ਚ ਉਹਨਾਂ ਨੂੰ ਸਪੋਰਟ ਕਰਦਾ ਹੈ ਤਾਂ ਕਿ ਅਫਗਾਨਿਸਤਾਨ ਪਾਕਿਸਤਾਨ 'ਤੇ ਇਲਜ਼ਾਮ ਲਾਏ। ਲੇਕਿਨ ਬਦ ਕਿਸਮ ਦੀ ਗੱਲ ਇਹ ਹੈ ਕਿ ਅਮਰੀਕਾ ਨੇ ਇਸ ਵੇਲੇ ਆਪਣਾ ਸੱਚਾ ਸਾਥੀ ਜਾਂ ਸਟ੍ਰੈਟੇਜਿਕ ਪਾਰਟਨਰ ਜਿਹੜਾ ਹੈ ਉਹ ਭਾਰਤ ਨੂੰ ਸਮਝ ਲਿਆ ਹੈ ਔਰ ਇਹ ਸ਼ਾਇਦ ਅਮਰੀਕੀ ਪਾਲਿਸੀ ਮੇਕਰ ਦੀ ਬਹੁਤ ਵੱਡੀ ਗਲਤੀ ਹੈ ਕਿ ਇੰਡੀਆ ਨੂੰ ਆਪਣਾ ਪਾਰਟਨਰ ਬਣਾ ਲਿਆ ਹੈ। ਇਹ ਸਾਡੇ ਨਾਲ ਕੋਈ ਨਵਾਂ ਕੰਮ ਨਹੀਂ ਹੋ ਰਿਹਾ ਪਾਕਿਸਤਾਨ ਨਾਲ, ਇਸ ਤੋਂ ਪਹਿਲਾਂ ਤੁਸੀਂ ਦੇਖੋ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਵਿੱਚ 60s 'ਚ ਅਰਲੀ 70s ਦੇ ਵਿੱਚ ਇਹ ਕੰਮ ਜਿਹੜਾ ਸੀ ਉਹ ਇਸ ਪਾਕਿਸਤਾਨ 'ਚ ਕੀਤਾ ਗਿਆ, ਬਾਨੀ ਵਾਰੀ ਗਈ ਔਰ ਉਹਨੂੰ ਬੰਗਾਲੀਆਂ ਨੂੰ ਮੂਵਮੈਂਟ ਬਣਾਇਆ ਗਿਆ ਔਰ ਪਾਕਿਸਤਾਨ ਨੂੰ ਟੋਟੇ ਟੋਟੇ ਕੀਤਾ ਗਿਆ ਔਰ ਇਹ ਉਹ ਪੁਰਾਣਾ ਹੀ ਖੇਡ ਫੇਰ ਖੇਡਿਆ ਜਾ ਰਿਹਾ ਹੈ। ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਨੂੰ ਤੋੜਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਕਿਸਤਾਨ ਜੇ ਟੁੱਟ ਗਿਆ ਤੇ ਇਹਦੇ ਨਾਲ ਜੋ ਮਸਲੇ ਖੜੇ ਹੋਣਗੇ ਉਹ ਫਿਰ ਕਿਸੇ ਦੇ ਵੀ ਕਾਬੂ 'ਚ ਆਉਣ ਵਾਲੇ ਨਹੀਂ ਹੋਣ। ਜੀ ਬਿਲਕੁਲ ਬਿਲਕੁਲ ਵੀਰ ਜੀ, ਅਤੇ ਵੀਰ ਜੀ ਸਾਡੇ ਕੋਲ ਸਵਾਲ ਤਾਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੇ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢਿਆ, ਇੰਗਲੈਂਡ ਤੋਂ ਟਾਈਮ ਕੱਢਿਆ ਇੰਨੀ ਰਾਤ ਨੂੰ, ਅਤੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ, ਸਾਡੇ ਪੂਰੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਅਤੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਉੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ, ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।